ਆਤਮ ਚਲੇ ਆ ਰਾਜੇ ਆਣਾ ਤੇ ਰੋਡੇ ਤੇ ਇਹ ਮੁਹਰ ਦੇ ਦੇ ਖੇਤ ਆ, ਖੇਤ ਦੇ ਵਿਚ ਪੱਠੇ ਵੱਢਣ ਆਏ ਆ। ਅੱਧਾ ਘੰਟਾ ਉਦੋਂ ਪਹਿਲਾਂ ਦੇ ਅਸੀਂ ਖੇਤ ਖੜੇ ਆ। ਠੀਕ ਹੈ ਜੀ। ਔਰਬਟ ਆਈ, ਔਰਬਟ ਤੇਜ ਜਾਦੇ ਸੀ, ਉਹਨੇ ਖਟੜਾ ਚ ਮਾਰੀ, ਖਟੜਾ ਵਾਲਾ ਕੈਂਟਰ ਚੱਕਿਆ ਦੂਰ ਤੋਂ ਪਿੱਛੇ ਲੈ ਜੀ। ਕਾਰਨ ਕੀ ਬਣਿਆ ਜੀ ਇਹਦਾ? ਕਾਰਨ ਧੁੰਦ ਕਾਰਨ ਧੁੰਦ ਦੇ ਕਾਰਨ ਹੋਇਆ। ਤੇ ਕਿੰਨਾ ਕੋ ਨੁਕਸਾਨ ਆ ਜੀ? ਨੁਕਸਾਨ ਸਵਾਰੀਆਂ ਸਾਰੀਆਂ ਦੇ ਸੱਟਾਂ। ਕੋਈ ਜਾਨੀ ਨੁਕਸਾਨ ਤਾਂ ਨਹੀਂ? ਕੈਂਟਰ ਵਾਲੇ ਦੀ ਇੱਕ ਲੱਤ ਨਾਲ ਉਹਨਾਂ ਨੂੰ ਕੋਈ ਪ੍ਰਸ਼ਾਸਨ ਜਾਂ ਕੋਈ ਐਂਬੂਲੈਂਸ ਪਹੁੰਚਿਆ? ਬਾਅਦ ਚ ਇਥੋਂ ਅਸੀਂ ਖੜਿਆ ਨੇ, ਐਂਬੂਲੈਂਸ ਨੇ ਫੋਨ ਲਾਇਆ, ਉਦੋਂ ਬਾਅਦ ਪੁਲਿਸ। ਅੱਜ ਧੁੰਦ ਵੀ ਥੋੜੀ, ਮੌਸਮ ਵੀ ਖਰਾਬ ਸੀਗਾ। ਜਿਹੜੀ ਖਟੜਾ ਬੱਸ ਆ ਉਹ ਮੁਕਤਸਰ ਸਾਈਡ ਤੋਂ ਆ ਰਹੀ ਸੀ, ਉਹਦੇ ਪਿੱਛੇ ਹੀ ਡੱਬ ਵਾਲੀ ਟਰਾਂਸਪੋਰਟ ਦੀ ਔਰਬਟ ਬੱਸ ਆ ਰਹੀ ਸੀ। ਮੋਗਾ ਸਾਈਡ ਤੋਂ ਇੱਕ ਕੈਂਟਰ ਆ ਰਿਹਾ ਸੀਗਾ, ਇਹ ਰਾਜਿਆਣੇ ਦੇ ਕੋਲ ਹੋਇਆ। ਆਪਾਂ ਰਾਜਿਆਣੇ ਤੋਂ ਅਗਲੇ ਰੋਡ ਵਾਲੇ ਗੱਲ ਦੇ ਵਿਚਕਾਰ ਜੇ ਹੋਇਆ ਐਕਸੀਡੈਂਟ। ਇਹ ਜਿਹੜੀ ਡੱਬ ਵਾਲੀ ਬੱਸ ਸੀਗੀ ਇਹ ਸਾਈਡ 'ਤੇ ਜਾ ਰਹੀ ਸੀ, ਖਟੜਾ ਬੱਸ ਕੈਂਟਰ ਨੂੰ ਕ੍ਰਾਸ ਕਰ ਰਹੀ ਸੀ। ਇਹਦੇ ਪਿੱਛੋਂ ਮਰਚ ਮੱਜੀ, ਉਹਦੇ ਖੱਡਾ ਬੱਸ ਦੀ ਇਹ ਗਾਂਹ ਪਿੰਡ ਦੇ ਵਿੱਚ ਵੱਜੀ, ਜਿਹਦੇ ਨਾਲ ਕਾਫੀ ਬੇਸਤੀ ਦੇ ਸਮੀਪ ਜਿਹੜੀਆਂ ਸਵਾਰੀਆਂ ਨੂੰ ਸੱਟਾਂ ਲੱਗ ਗਈਆਂ। ਜਿਹੜਾ ਕੈਂਟਰ ਜਿਹੜਾ ਦਾ ਡਰਾਈਵਰ ਸੀ ਉਹਦੇ ਕਾਫੀ ਸੱਟਾਂ ਲੱਗ ਗਈਆਂ। ਜੇਕਰ ਤੁਹਾਨੂੰ ਵੀ ਇਹ ਵੀਡੀਓ ਪਸੰਦ ਆਈ ਤਾਂ ਤੁਸੀਂ ਇਸਨੂੰ ਲਾਈਕ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ ਅਤੇ ਨਵੀਂ ਅਪਡੇਟ ਲਈ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।